ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਅੱਜ ਗੁਰਦੁਆਰਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ। ਇਸ ਦੌਰਾਨ ਡਾਕਟਰ ਸੁਭਾਸ਼ ਸ਼ਰਮਾ ਦੇ ਨਾਲ ਬਹੁਤ ਵੱਡੀ ਗਿਣਤੀ 'ਚ ਭਾਜਪਾ ਵਰਕਰ ਮੌਜੂਦ ਸਨ। ਦੱਸਣਯੋਗ ਹੈ ਕਿ ਭਾਜਪਾ ਵੱਲੋਂ ਕੱਲ੍ਹ ਹੀ ਲੋਕ ਸਭਾ ਸੀਟ ਸ਼੍ਰੀ ਅਨੰਦਪੁਰ ਸਾਹਿਬ ਲਈ ਉਮੀਦਵਾਰ ਦਾ ਐਲਾਨ ਕੀਤਾ ਗਿਆ। ਗੱਲਬਾਤ ਦੌਰਾਨ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਭਾਜਪਾ ਦਾ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੈ, ਕਿਉਂਕਿ ਜਿਹੜੀ ਇਸ ਵਾਰ ਦੀ ਚੋਣ ਹੋਣੀ ਹੈ ਉਹ ਨਰਿੰਦਰ ਮੋਦੀ ਜੀ ਦੇ ਨਾਮ 'ਤੇ ਹੋਣੀ ਹੈ। ਜਿਹੜਾ ਮੋਦੀ ਸਾਹਿਬ ਨੇ 10 ਸਾਲਾਂ ਵਿੱਚ ਕੰਮ ਕੀਤਾ ਦੇਸ਼ ਦੀ ਜਨਤਾ ਉਸਨੂੰ ਦੇਖ ਰਹੀ ਹੈ। ਦੂਜੇ ਪਾਸੇ ਜਿਹੜਾ ਆਮ ਆਦਮੀ ਪਾਰਟੀ ਦਾ ਨੇਤਾ ਕੇਜਰੀਵਾਲ ਹੈ ਉਹ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਹੈ ਅਤੇ ਜੇਲ੍ਹ ਦੇ ਵਿੱਚ ਬੰਦ ਹੈ, ਉਸਨੂੰ ਜਮਾਨਤ ਵੀ ਨਹੀਂ ਮਿਲ ਰਹੀ। ਜੇ ਗਾਂਧੀ ਪਰਿਵਾਰ ਦੀ ਗੱਲ ਕਰੀਏ ਤਾਂ ਉਹ ਪੂਰਾ ਫੇਲ ਹੈ ਅਤੇ ਅਕਾਲੀਆਂ ਦੇ ਕਾਰਨਾਮੇ ਸਾਰਾ ਪੰਜਾਬ ਹੀ ਜਾਣਦਾ ਹੈ। ਪੰਜਾਬ ਦੇ ਲੋਕਾਂ ਨੇ ਸਾਰਿਆਂ ਦਾ ਰਾਜ ਦੇਖ ਹੀ ਲਿਆ ਅਤੇ ਜਾਣ ਲਿਆ। ਹੁਣ ਪੰਜਾਬ ਨੂੰ ਜੇ ਡੂੰਘੇ ਟੋਏ ਵਿੱਚੋਂ ਕੱਢ ਸਕਦੇ ਤਾਂ ਇੱਕੋ ਹੀ ਨਾਮ ਸਾਹਮਣੇ ਆਉਂਦਾ ਹੈ, ਉਹ ਹੈ ਨਰਿੰਦਰ ਮੋਦੀ। ਪੰਜਾਬ ਦੇ ਲੋਕ ਵੀ ਇਹ ਗੱਲ ਚੰਗੀ ਤਰ੍ਹਾਂ ਜਾਣ ਚੁੱਕੇ ਹਨ। ਇਸ ਪ੍ਰਕਾਰ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ ਸੀ, ਉਸ ਤੋਂ ਬਾਅਦ ਚੜ੍ਹ ਕੇ ਇਸ ਵਾਰ ਭਾਜਪਾ ਨੂੰ ਬਹੁਮਤ ਮਿਲੇਗਾ ਅਤੇ BJP ਪੰਜਾਬ ਵਿੱਚੋਂ 13 ਦੀਆਂ 13 ਸੀਟਾਂ 'ਤੇ ਜਿੱਤ ਹਾਸਲ ਕਰੇਗੀ। ਬਿਊਰੋ ਰਿਪੋਰਟ, ਮੇਰਾ ਪੰਜਾਬ ਨਿਊਜ਼। ਕੋਈ ਕੰਪੀਟੀਸ਼ਨ ਹੈ ਨਹੀਂ, ਕਿਉਂਕਿ ਇਹ ਚੋਣ ਜਿਹੜੀ ਹੈ ਨਾ ਇਹ ਨਰਿੰਦਰ ਮੋਦੀ ਜੀ ਦੇ ਨਾਂ 'ਤੇ ਹੋ ਰਹੀ ਹੈ ਦੇਸ਼ 'ਚ। ਸੋ ਇੱਕ ਤਰਫ ਮੋਦੀ ਸਾਹਿਬ ਨੇ ਉਹਨਾਂ ਦਾ 10 ਸਾਲ ਦਾ ਕੀਤਾ ਕੰਮ ਹੈ, ਦੁਨੀਆ ਜਿਹੜਾ ਹਿੰਦੁਸਤਾਨ ਦਾ ਨਾਂ ਉੱਚਾ ਕੀਤਾ। ਦੂਜੀ ਤਰਫ ਆਮ ਆਦਮੀ ਪਾਰਟੀ ਦਾ ਨੇਤਾ ਕੇਜਰੀਵਾਲ ਆ ਜਿਹੜਾ ਭ੍ਰਿਸ਼ਟਾਚਾਰ ਦੇ ਇਲਜ਼ਾਮ 'ਚ ਜੇਲ੍ਹ 'ਚ ਬੰਦ ਹੈ, ਜਮਾਨਤ ਨਹੀਂ ਮਿਲਦੀ ਪਈ। ਗਾਂਧੀ ਪਰਿਵਾਰ ਹੈ ਜਿਹੜਾ ਪੂਰੇ ਦਾ ਪੂਰਾ ਬੇਲ 'ਤੇ ਹੈ। ਅਕਾਲੀਆਂ ਦੇ ਕਾਰਨਾਮੇ ਕਾਰਗੁਜ਼ਾਰੀਆਂ ਤੋਂ ਸਾਰਾ ਪੰਜਾਬ ਜਾਣਦਾ ਹੀ ਹੈ। ਇਸ ਕਰਕੇ ਮੁਕਾਬਲਾ ਹੈ ਕਿੱਥੇ? ਪੰਜਾਬ ਦੇ ਲੋਕ ਅੱਜ ਇਸ ਗੱਲ ਨੂੰ ਮਹਿਸੂਸ ਕਰ ਰਹੇ ਨੇ ਬੜੀ ਸ਼ਿੱਦਤ ਨਾਲ ਕਿ ਅਸੀਂ ਕਾਂਗਰਸ ਦਾ ਰਾਜ ਦੇਖ ਲਿਆ, ਅਸੀਂ ਅਕਾਲੀਆਂ ਦਾ ਮਾਫੀਆ ਰਾਜ ਦੇਖ ਲਿਆ, ਔਰ 2 ਸਾਲਾਂ 'ਚ ਬਦਲਾਵ ਦੇ ਨਾਂ 'ਤੇ ਆਈ ਸਰਕਾਰ ਨੇ ਜਿਸ ਦੋਜਕ 'ਚ ਪੰਜਾਬ ਨੂੰ ਧਕੇਲਤਾ ਹੈ, ਜਿਸ ਖਾਈ 'ਚ ਜਿਸ ਟੋਏ 'ਚ ਪੰਜਾਬ ਨੂੰ ਧਕੇਲਤਾ ਹੈ, ਅਗਰ ਅੱਜ ਪੰਜਾਬ ਨੂੰ ਇਸ ਟੋਏ 'ਚੋਂ ਕੋਈ ਕੱਢ ਸਕਦਾ, ਇਸ ਖਾਈ 'ਚੋਂ ਕੋਈ ਕੱਢ ਸਕਦਾ ਹੈ, ਤਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕੋ ਹੀ ਬੰਦਾ ਨਜ਼ਰ ਆ ਰਿਹਾ, ਉਹਦਾ ਨਾਂ ਹੈ ਨਰਿੰਦਰ ਮੋਦੀ, ਭਾਰਤੀ ਜਨਤਾ ਪਾਰਟੀ। ਇਸ ਕਰਕੇ ਪੰਜਾਬ ਦੇ ਲੋਕਾਂ ਨੇ ਤਿਆਰ ਕਰ ਲਿਆ। ਤੁਸੀਂ ਦੇਖਣਾ ਜਿਸ ਪ੍ਰਕਾਰ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ ਸੀ, ਉਸ ਤੋਂ ਵੀ ਜ਼ਿਆਦਾ ਵੱਡੇ ਮੈਂਡੇਟ ਨਾਲ ਪੰਜਾਬ 'ਚ ਸਰ ਭਾਰਤੀ ਜਨਤਾ ਪਾਰਟੀ। ਕਿਸਾਨਾਂ ਦੇ ਵਿਰੋਧ ਦਾ ਵੀ ਲੱਗਦਾ ਤੁਹਾਨੂੰ ਪ੍ਰਭਾਵ ਹੋਏਗਾ, ਕਿਉਂਕਿ ਹੰਸਰਾਜ ਹੰਸ ਦਾ ਇਹ ਵੀ ਕਹਿਣਾ ਪੈ ਗਿਆ ਮੈਂ ਹੰਸਰਾਜ ਹੰਸਰੀ ਮਿੰਨਤ ਰਾਜ ਮਿੰਨਤ ਬਣ ਗਿਆ, ਲੱਗਦਾ ਇਸ ਕੰਸਟੀਚੁਐਂਸੀ 'ਤੇ ਵੀ ਕੋਈ ਕਿਸਾਨਾਂ ਦਾ ਪ੍ਰਭਾਵ? ਦੇਖੋ, ਮੋਦੀ ਸਾਹਿਬ ਨੇ ਜਿੰਨੇ ਕੰਮ ਕਿਸਾਨਾਂ ਲਈ ਕੀਤੇ ਹੈ, ਚਾਹੇ ਉਹ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਉਣ ਦੀ ਗੱਲ ਹੈ, ਚਾਹੇ ਉਹ ਨੀਮ ਕੋਟਡ ਯੂਰੀਆ ਦੇਣ ਦੀ ਗੱਲ ਹੈ, ਚਾਹੇ 2.5 ਗੁਣਾ MSP ਵਧਾਉਣ ਦੀ ਗੱਲ ਹੈ, ਚਾਹੇ ਮੰਡੀਕਰਨ ਨੂੰ ਮਜ਼ਬੂਤ ਕਰਨ ਦੀ ਗੱਲ ਹੈ, ਚਾਹੇ ਉਹ ਨੀਮ ਕੋਟਡ ਯੂਰੀਆ ਦੇਣ ਦੀ ਗੱਲ ਹੈ, ਚਾਹੇ ਫਸਲ ਬੀਮਾ ਯੋਜਨਾ ਦੀ ਗੱਲ ਹੈ। ਕਿਸਾਨ ਅੱਜ ਇਸ ਗੱਲ ਨੂੰ ਸਮਝ ਰਹੇ ਆ ਕਿ ਯਾਰ ਸਾਨੂੰ ਕਦੀ ਕਿਸੇ ਸਰਕਾਰ ਨੇ ਕੁਝ ਦਿੱਤਾ ਨਹੀਂ, ਮੋਦੀ ਸਾਹਿਬ ਸਾਨੂੰ ਇੰਨਾ ਕੁਝ ਦੇ ਰਹੇ ਆ। ਜਿਹੜੇ ਕੁਝ ਲੋਕ ਵਿਰੋਧ ਕਰ ਰਹੇ ਆ, ਜਥੇਬੰਦੀਆਂ ਦੇ ਲੋਕ ਨੇ, ਉਹਨਾਂ ਨੂੰ ਵੀ ਸਾਡੀ ਇਹ ਬੇਨਤੀ ਹੈ ਕਿ ਲੋਕਤੰਤਰ ਦਾ ਪਰਵ ਹੈ, ਤੁਸੀਂ ਆਪਣੀ ਗੱਲ ਲੋਕਾਂ 'ਚ ਰੱਖੋ, ਅਸੀਂ ਆਪਣੀ ਗੱਲ ਰੱਖਾਂਗੇ, ਲੋਕ ਫੈਸਲਾ ਕਰਨਗੇ। ਪਰ ਪਿੰਡਾਂ ਦੇ ਅੰਦਰ ਵੀ ਕਿਸਾਨ ਭਾਈਚਾਰੇ ਦੇ ਅੰਦਰ ਵੀ ਬਹੁਤ ਵੱਡਾ ਸਮਰਥਨ BJP ਨੂੰ ਆ ਰਿਹਾ। ਭਾਜਪਾ ਦੇ ਖਾਸ ਤੌਰ ਤੇ ਨਹੀਂ, ਲਾਲਪੁਰਾ ਸਾਹਿਬ ਨਾਲ ਮੇਰੀ ਗੱਲ ਹੋਈ ਹੈ, ਬਿਲਕੁਲ ਉਹ ਨਾਲ ਨੇ। ਉਹਨਾਂ ਦੇ ਕਿਸੇ ਬਹੁਤ ਕਰੀਬੀ ਸੱਜਣ ਨੂੰ ਬ੍ਰੇਨ ਸਟ੍ਰੋਕ ਹੋ ਗਿਆ ਸੀ, ਉਹ ਦਿੱਲੀ 'ਚ ਨੇ, ਉਹ ਕੱਲ੍ਹ ਪਹੁੰਚ ਰਹੇ ਨੇ। ਪੂਰੀ ਪਾਰਟੀ ਇੱਕਜੁੱਟ ਹੈ। ਮੇਰਾ ਜਨਮ ਜ਼ਰੂਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਹੋਇਆ ਹੈ, ਪਰ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪੈਦਾ ਹੋ ਕੇ ਗੁਰੂ ਮਹਾਰਾਜ ਨੇ ਮੈਨੂੰ ਪ੍ਰੇਰਣਾ ਦਿੱਤੀ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੀ ਸੇਵਾ ਕਰੋ। ਮੈਂ ਪਿਛਲੇ 12 ਸਾਲ ਤੋਂ ਇੱਥੇ ਹੀ ਹਾਂ, ਮੁਹਾਲੀ 'ਚ ਰਹਿੰਦਾ, ਮੇਰੀ ਪਤਨੀ ਇੱਥੇ ਹੈ, ਮੇਰੇ ਬੱਚੇ ਇੱਥੇ ਨੇ, ਸਾਰਾ ਪਰਿਵਾਰ ਹੀ ਇੱਥੇ ਹੈ। ਪਰ ਇਹ ਤਾਂ ਗੁਰੂ ਦੀ ਧਰਤੀ 'ਚ ਕਾਹਦਾ ਮਿਲਦਾ ਹੈ? ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ, ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ। ਸੋ ਉੱਥੇ ਜਨਮ ਲਿਆ, ਇੱਥੇ ਕਰਮ ਕਰਾਂਗਾ, ਔਰ ਗੁਰੂ ਨਗਰੀ ਦੀ ਸੇਵਾ ਲਈ ਪੂਰੀ ਤਨਦੇਹੀ ਨਾਲ ਜਿੰਨੀ ਗੁਰੂ ਤਾਕਤ ਦੇਣਗੇ ਕਰਾਂਗੇ। ਕੰਪੀਟੀਸ਼ਨ ਤੁਹਾਡਾ? ਦੇਖੋ, ਸਾਰਾ ਕੁਝ ਮੀਡੀਆ ਵਾਲੇ ਦੇਖ ਰਹੇ ਆ, ਮੈਂ ਤਾਂ ਇੰਨੀ ਬੇਨਤੀ ਕਰਨੀ ਆ ਕਿ 20 ਦਿਨ ਦਾ ਚੁਣਾਵ ਬਚਿਆ, ਅਸੀਂ ਆਪਣੀ ਕੋ ਲੋਕਤੰਤਰ ਵਧੀਆ ਗੱਲ ਹੈ ਨਾ, ਜਨਤਾ ਨੇ ਫੈਸਲਾ ਕਰਨਾ। ਹੁਣ ਬਹਿਸ ਕਰਨ ਦਾ ਤਾਂ ਕੋਈ, ਜਨਤਾ ਨਾਲ ਗੱਲ ਕਰਨ ਦੀ ਲੋੜ ਹੈ। ਅਸੀਂ ਆਪਣੀ ਗੱਲ ਰੱਖਣੀ ਵੀ ਮੋਦੀ ਸਾਹਿਬ ਨੇ ਕੀ ਕੀਤਾ, ਅਗਰ ਉਹਨਾਂ ਨੂੰ ਲੱਗਦਾ ਹੈ ਕਿ ਮੋਦੀ ਸਾਹਿਬ ਦੀਆਂ ਨੀਤੀਆਂ ਠੀਕ ਨਹੀਂ ਹੈ ਕਿਸਾਨਾਂ ਲਈ, ਉਹ ਜਾ ਕੇ ਕਿਸਾਨਾਂ ਨੂੰ ਆਪਣੀ ਗੱਲ ਰੱਖਣ। ਜਨਤਾ ਤੈਅ ਕਰੇਗੀ ਵੋਟ ਪਾ ਕੇ ਕਿ ਕੌਣ ਠੀਕ ਹੈ ਕੌਣ ਗਲਤ ਹੈ।
ਜਨਤਾ ਦੀ ਆਵਾਜ਼ 'ਚ ਹੀ ਪਰਮੇਸ਼ਵਰ ਦੀ ਆਵਾਜ਼ ਹੈ। ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਲੋਕਤੰਤਰ ਦੀ ਭਾਵਨਾ ਨੂੰ ਸਮਝਣ, ਰਲ ਮਿਲ ਕੇ ਪ੍ਰੇਮ ਪਿਆਰ ਨਾਲ ਆਪਾਂ ਗੱਲ ਅੱਗੇ ਵਧਾਈਏ ਤੇ ਪੰਜਾਬ ਦੀ ਖੁਸ਼ਹਾਲੀ ਲਈ ਕੰਮ ਕਰੀਏ। ਸਭ ਨੂੰ ਜੋੜਾਂਗੇ ਜੀ, ਸਭ ਨੂੰ ਜੋੜਾਂਗੇ। ਤਿਨਕਾ ਤਿਨਕਾ ਜੋੜ ਕੇ ਹੀ ਤਾਕਤ ਵੱਧਦੀ ਹੈ, ਬੂੰਦ ਬੂੰਦ ਨਾਲ ਸਾਗਰ ਭਰਦਾ। ਸਭ ਲੋਕ ਜੋ ਪਾਰਟੀ ਦੇ ਪ੍ਰਤੀ ਪ੍ਰੇਮ ਕਰਦੇ ਆ, ਜੋ ਨਰਿੰਦਰ ਮੋਦੀ ਸਾਹਿਬ ਨੂੰ ਪਿਆਰ ਕਰਦੇ ਆ, ਉਹਨਾਂ ਦੀ ਨੀਤੀਆਂ ਨਾਲ ਸਹਿਮਤ ਹੈ, ਸਭ ਲੋਕਾਂ ਨੂੰ ਪਾਰਟੀ ਦੇ ਝੰਡੇ ਥੱਲੇ ਲੈ ਕੇ ਆਵਾਂਗੇ। ਇੱਕਜੁੱਟ ਹੋ ਕੇ ਚੋਣ ਲੜਾਂਗੇ ਵੀ, ਜਿੱਤਾਂਗੇ ਵੀ, ਔਰ ਗੁਰੂ ਦੀ ਬਖਸ਼ਿਸ਼ ਸਦਕਾ ਗੁਰੂ ਨਗਰੀ ਦੀ ਸੇਵਾ ਵੀ ਕਰਾਂਗੇ।